ਇਹਦੀ ਫੋਟੋ ਆਪਣੇ ਵੀਰ ਨੇ ਸਾਹਿਲ ਕੁਮਾਰ ਹੋਰਾਂ ਨਾਲ 24-25 ਸਾਲਾਂ ਦਾ ਮੇਰਾ ਵੀਰ ਉਹ ਕਾਫੀ ਸਾਹਿਬ ਤੂੰ ਸਮੈਕ ਲਾ ਰਹੀ ਸੀ। ਮੈਂ ਤੇ ਚੋਗ ਨੂੰ ਦਾਖਲ ਕਰਾਏ ਦਾ ਸੀ, ਪਰਸੋਂ ਲਿਆਂਦਾ, ਅੱਜ ਫੇਰ ਉਹਨੇ ਜਾਣਾ ਸੀ। ਰਾਤੀ ਪਤਾ ਨੀ ਉਹਨੂੰ ਕਿੰਨੇ ਨਸ਼ਾ ਕਰਾ ਹੜਿਆ, ਸਾਡਾ ਭਰਾ ਨੀਲਾ ਪੈ ਗਏ ਰਾਜੇ ਭਰਾ ਸਾਡੇ ਦੀ ਜੋ ਵੀ ਦੂਸਰੇ ਜੇ ਨਿਕਲੀ ਚਿੱਟਾ ਲਾਉਂਦਾ ਰਿਹਾ ਸੀ। ਉਹ ਪੰਜਾਬ ਪੁਲਿਸ ਦੀ ਨੌਕਰੀ ਕਰਦਾ, ਲੋਕਾਂ ਨੇ ਨੌਕਰੀ ਵੀ ਨੀ ਕਰਨ ਦਿੱਤੀ ਮੇਰੇ ਵੀਰ ਨੂੰ। ਸਾਡਾ ਘਰ ਜਾਰ ਤਾਂ ਕੱਲਾ ਕੱਲਾ ਮੇਰਾ ਵੀਰ ਸੀ, ਕੱਲਾ ਮੇਰਾ ਪਿਓ ਖਾ ਲਿਆ, ਬਾਜੂ ਮੇਰਾ ਵੀਰ ਖਾ ਲਿਆ ਲੋਕਾਂ ਨੇ। ਆਪਣੇ ਵੀਰ ਨੂੰ ਰੱਖੜੀ ਕਿੱਥੇ ਬੰਨਾ ਕਰਾਂਗੇ? ਸਰਕਾਰ ਅੱਗੇ ਆਹੀ ਬੇਨਤੀ ਆ ਕਿ ਸਰਕਾਰ ਚਿੱਟਾ ਬੰਦ ਕਰਾਏ, ਜਿਹੜੇ ਆਉਣ ਵਾਲੇ ਆ ਲੋਕਾਂ ਦੀਆਂ ਪੀੜੀਆਂ ਨੇ ਬਚ ਜਾਣ। ਬਸ ਸਾਡੀ ਆਹੀ ਬੇਨਤੀ ਆ, ਬਸ ਸਰਕਾਰ ਅੱਗੇ ਚਿੱਟਾ ਵੇਚਣ ਵਾਲਿਆਂ ਨੂੰ ਫੜਿਆ ਜਾਏ, ਚਾਹੇ ਬਣਾਉਣ ਵਾਲਿਆਂ ਨੂੰ ਬੰਦ ਕਰਾਇਆ। ਚਿੱਟੇ ਵਾਲਿਆਂ ਨੇ ਤੇ ਦੁਨੀਆਂ ਖਾ ਲਈ ਸਾਰੀ, ਸਾਡੀ ਪੰਜਾਬ ਨੂੰ ਰੋੜ ਕੇ ਲੈ ਚੱਲੀ, ਸਾਡਾ ਵੀਰਾ ਖਾ ਲਿਆ। ਅੱਜ ਵੀਰਾ ਦਾ ਜੱਡਾ ਸੋਹਣਾ ਸੀ, ਵਿਆਹ ਦੀ ਲੈਕਦਾ ਹੋਏ ਰਹੀ, ਜਿਹੜਾ ਜਾਨੂੰ ਸਿਹਰੇ ਅੱਜ ਤੋਰਨਾ ਪੈਣਾ। ਵੀਰ ਮੇਰਾ ਬੜਾ ਚੰਗਾ ਮੇਰਾ ਵੀਰ ਸੀ। ਮੇਰਾ ਨਾਮ ਜਸਵਿੰਦਰ ਆ, ਮੇਰਾ 5 ਲੱਗਦਾ ਜੀ। ਕਿੰਨੀ ਉਮਰ ਕੀ ਨਾਮ ਹੈ? ਇਹਦੀ ਉਮਰ ਹੋਣੀ ਤਕਰੀਬਨ 24 ਸਾਲ ਲੱਗ ਜਾਊਗੀ। ਕੀ ਕੰਮ ਕੀ ਕਰਦਾ ਸੀ? ਇਹ ਮੁਲਾਜ਼ਮ ਹੈ ਜੀ। ਹਾਂ, ਜੋ ਦੀ ਨੌਕਰੀ ਮਿਲੀ ਇਹ ਵੀ ਆਪਣਾ ਨਸ਼ੇ ਕਰਕੇ। ਕਰੂੰਗਾ ਨਸ਼ਾ ਕਰਦਾ? ਨਸ਼ਾ ਇਹਨੂੰ ਕਾਫੀ ਟਾਈਮ ਹੋ ਗਿਆ ਨਸ਼ਾ ਕਰਦੇ, ਇਹ ਓਵਰਡੋਜ਼ ਕਰਕੇ ਇਹਦਾ ਜ਼ਿਆਦਾ ਕੰਮ ਜ਼ਿਆਦਾ ਹੋਇਆ। ਕੱਲ੍ਹ ਕੀ ਹੋਇਆ? ਕੱਲ੍ਹ ਜੀ ਹਾਲੇ ਪਰਸੋਂ ਪਿੰਡ 'ਚ ਪਰਸੋਂ ਲਿਆਂਦਾ ਇਹਨੂੰ, ਅਤੇ ਕੱਲ੍ਹ ਇਹਨਾਂ ਨੇ ਜ਼ਿਆਦਾ ਓਵਰਡੋਜ਼ ਕਰ ਲਿਆ। ਅੱਜ ਬਹੁਤ ਹੀ ਮਾੜਾ ਕੰਮ ਹੋਇਆ। ਗਣੇਸ਼ ਇਹਨੂੰ ਮੁੰਡਾ ਸਾਹਿਲ ਸੀ, ਪਿਓ ਦਾ ਰਾਜ ਕੁਮਾਰ, ਇਹਦੇ ਪਿਓ ਦਾ ਜਿਹੜਾ ਪੁਲਿਸ ਮੁਲਾਜ਼ਮ ਸੀ ਅਤੇ ਮੁੰਡਾ ਵੀ ਪੁਲਿਸ ਮੁਲਾਜ਼ਮ ਸੀ, ਪਰ ਇਹ ਨਸ਼ਿਆਂ ਦੀ ਆਦਤ ਕਰਕੇ ਮੁੰਡੇ ਨੂੰ ਪੁਲਿਸ ਦੀ ਨੌਕਰੀ ਜਿਹੜੀ ਹੈ ਛੱਡਣੀ ਪਈ ਹੈ, ਨਹੀਂ ਕਰਾਏ। ਇਹ ਮੁੰਡਾ ਕੈਂਪ ਦੇ ਵਿੱਚ ਨਸ਼ਿਆਂ ਦੇ ਸੌਦਾਗਰਾਂ ਦੇ ਭੇਟ ਵਿੱਚ ਆ ਗਿਆ ਸੀ, ਜਿਹਨਾਂ ਉਹਨਾਂ ਦੇ ਬਹਿਣੀ ਕਹਿਣ ਤੋਂ ਬਹਿਣੀ ਬਹਿਣ ਕਰਕੇ ਇਹਨੇ ਨਸ਼ੇ ਦੇ ਨਾਲ ਆਪਣਾ ਸੰਬੰਧ ਜੋੜ ਲਿਆ ਸੀ। ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਪਿਆ ਸੀ, ਪਿਓ ਵੇਰੇ ਦੀ ਡੈਥ ਹੋ ਚੁੱਕੀ ਸੀ ਅਤੇ ਮਾਂ ਆਪਣੀ ਦੇ ਨਾਲ ਆਪਣੇ ਮਾਂ ਦੇ ਨਾਲ ਦੋ ਭੈਣਾਂ ਨੇ ਭੈਣਾਂ ਦੇ ਨਾਲ ਰਹਿੰਦਾ ਸੀ। ਮੁੰਡਾ ਕੁਆੜਾ ਸੀ, ਬਹੁਤ ਮਾੜਾ ਕੰਮ ਹੋਇਆ ਮੁੰਡੇ ਦੇ ਨਸ਼ੇ ਦੀ ਪੇੜ ਕਰਕੇ ਆਣ ਕਰਕੇ। ਡਿਊਟੀ ਪੁਲਿਸ ਮੁਲਾਜ਼ਮ ਸੀ ਅਤੇ ਨਸ਼ੇ ਕਰਕੇ ਇਹਨੂੰ ਜਿਹੜਾ ਨੌਕਰੀ ਜਿਹੜੀ ਇਹਨੂੰ ਉਹਨਾਂ ਨੇ ਸਸਪੈਂਡ ਕਰਤਾ ਸੀ, ਡਿਸਮਿਸ ਕਰਤਾ ਸੀ ਨੌਕਰੀ ਕਰਕੇ। ਨਸ਼ਾ ਕੈਂਪ ਦੇ ਵਿੱਚ ਤਾਂ ਭਾਜੀ ਬਹੁਤ ਜ਼ਿਆਦਾ ਵਿਕ ਰਿਹਾ। ਅਸੀਂ ਅੱਗੇ ਵੀ ਦੋ ਮੌਤਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਗਲਤ ਡੋਜ਼ ਕਰਕੇ, ਇਹਨੇ ਵੀ ਗਲਤ ਡੋਜ਼ ਕਰ ਨਸ਼ਾ ਨੇ ਗਲਤ ਡੋਜ਼ ਲਾਉਣ ਕਰਕੇ ਇਹਦੀ ਵੀ ਨਸ਼ਾ ਕਰਨ ਕਰਕੇ ਇਹਦੀ ਦੋ ਮੌਤ ਹੋ ਗਈ ਆ। ਪਹਿਲਾਂ ਵੀ ਦੋ ਮੌਤਾਂ ਹੋਈਆਂ ਸੀ। ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ? ਇਨਫੋਰਮੇਸ਼ਨ ਨਹੀਂ ਪੁਲਿਸ ਨੂੰ, ਖੁਫੀਆ ਤੰਤਰ ਫੇਲ ਆ ਜਾਂ ਪੁਲਿਸ ਪ੍ਰਸ਼ਾਸਨ ਫੇਲ ਆ, ਕੀ ਕਹਿਣਾ ਚਾਹੁੰਦੀ? ਪਰ ਪੁਲਿਸ ਨੂੰ ਇਨਫੋਰਮੇਸ਼ਨ ਤਾਂ ਸਾਰੀ ਆ, ਪਰ ਪੁਲਿਸ ਦੇ ਮੁਲਾਜ਼ਮ ਮਿਲੀ ਭੁਗਤਣਾ ਸਾਰਾ ਕੰਮ ਹੋਣ ਡਿਆ, ਸਾਰਾ ਬੱਚਾ ਤੇ ਨਸ਼ਾ ਵੇਚਣ ਡਿਆ ਦਾ ਵਾ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਪੁਲਿਸ ਨੂੰ ਜਿੰਨਾ ਕੁ ਜਿਹੜਾ ਬੰਦਾ ਫੜਦੀ ਆ ਨਾ ਕਰ ਦਿੰਦੇ ਜਾਂ ਮੁਲਾਜ਼ਮ।